ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਡੀ ਡੀ ਟੀ ਵੀ ਚੈਨਲ ਤੇ ਦਾਸ ਭਾਈ ਜਗਦੀਪ ਸਿੰਘ, ਅਸੀਂ ਬੰਨ ਤੇ ਪਹੁੰਚੇ ਹਾਂ। ਇਹ ਪਰਿਵਾਰ ਸਾਡੇ ਨਾਲ ਜੁੜਿਆ ਵਾ, ਪਿਛਲੇ ਪੰਨੇ ਚਰਿੰਜਾਪੁਰ ਜੀ ਪੈਂਦੀ ਆ, ਫਰਜੀਆਂ ਜੀ। ਤੁਸੀਂ ਦੱਸੋ ਪਹਿਲਾਂ ਕਿ ਕੀ ਗੱਲਬਾਤ ਹੋਈ ਹੈ? ਗੱਲਬਾਤ ਹੋਈ ਹੈ, ਉੱਥੇ ਗਏ ਸੀ ਇਧਰਲੇ ਪਾਸੇ, ਉੱਥੋਂ ਰੋਕਣ ਗਏ ਸੀ ਆਪਣੀ ਉਹ ਕਣਕ ਹੈਗੀ, ਅਸੀਂ ਆਖਾਂ ਵੀ ਤੁਸੀਂ ਵੱਢੋ ਨਾ, ਤੇ ਦੁਨੀਆ ਤਾਂ ਇਧਰ ਉਧਰ ਘੇਰਾ ਪਾ ਲਿਆ। ਇਹ ਕਿਹੜੇ ਬੰਦੇ ਇਧਰਲੇ ਸੀਗੇ, ਇਹਨਾਂ ਨੇ ਅੱਗ ਲਾਤੀ ਮੇਰੇ ਮੁੰਡੇ ਨੂੰ ਕੁੱਟ ਕੁੱਟ ਕੇ ਨਾ, ਤੇ ਡਾਂਗਾ ਨਾ ਮੇਰੀ ਕੁੜੀ ਦਾ ਸਿਰ ਕੁੱਟ ਕੇ, ਨੌਵਾਂ ਨੂੰ ਸਾਰਿਆਂ ਨੂੰ, ਕਿਵੇਂ ਕਿਸੇ ਦਾ ਮੌਕਾ ਲੱਗਾ ਕੋਈ ਤਾਂ ਭੱਜ ਗਿਆ, ਫੜ ਲਿਆ ਕਿਸੇ ਨੂੰ, ਉੱਥੇ ਫੜ ਲਿਆ ਕਿਸੇ ਨੂੰ, ਇੱਧਰ ਫੜ ਲਿਆ, ਘੇਰਾ ਪਾ ਲਿਆ ਇੱਕ ਇੱਕ ਜਣੇ ਨੂੰ, ਦਸ ਦਸ ਬੰਦੇ ਨਾਲ ਚਿੰਬੜ ਗਏ। ਸਾਨੂੰ ਇੰਨਾ ਕੁੱਟ ਕੁੱਟ ਕੇ ਨਾ, ਬਹੁਤ ਸਾਡੀ ਮੰਦੀ ਹਾਲਤ ਕੀਤੀ ਨੇ, ਤੇ ਦਸ ਦਸ ਬੰਦੇ, ਇੱਕ ਮਨਜੀਤ ਸਿੰਘ ਸਰਪੰਚ ਦੇਸੂ ਸਿੰਘ ਦਾ ਮੁੰਡਾ, ਉਹਨੇ ਮੈਨੂੰ ਥੱਪੜਾਂ ਨਾਲ ਬਹੁਤ ਹੀ ਕੁੱਟਿਆ, ਤੇ ਜਿਹੜਾ ਦੇਸੂ ਏ ਉਹ ਮੇਰੇ ਮੁੰਡੇ ਨੂੰ ਉਹਨੇ ਸੱਤ ਮੁੰਡੇ ਲੈ ਕੇ ਦਸ ਉੱਥੇ ਕੁੱਟਿਆ ਪਾਸੇ ਤੇ, ਬਹੁਤ ਹੀ ਸਾਡੀ ਮੰਦੀ ਹਾਲਾਤ, ਸਾਡੇ ਪਰਿਵਾਰ ਦੇ, ਅਸੀਂ ਆਪਦਾ ਪਰਿਵਾਰ ਜੀ ਸੀ ਆਪਦੇ ਆਪਦੇ, ਹੋਰ ਸਾਡਾ ਕੋਈ ਨੀ ਸੀਗਾ। ਇੱਕ ਮੇਰੇ ਕੁੜੀ ਸੀ, ਕੁੜੀਆਂ ਸੀ ਦੋ ਤਿੰਨ, ਚਾਰ ਕੁੜੀਆਂ, ਦੋ ਜਵਾਈ ਸਨ ਇੱਥੇ, ਆ ਚਾਰ ਕੁੜੀਆਂ ਸੀ, ਰੋਟੀ ਫਲਾਉਣ ਆਏ ਸੀ ਦਰਿਆ ਚ, ਲੰਘ ਕੇ ਸਿੱਧੇ ਵਿਚਾਰੇ ਅਜੇ ਆਪਣੇ ਹੀ ਨੂੰ, ਉਹਨਾਂ ਨੇ ਨਾ ਸਾਨੂੰ ਘੇਰਾ ਪਾ ਲਿਆ ਇੱਥੇ ਬੈਠਿਆਂ ਨੇ। ਫਿਰ ਅਸੀਂ ਉੱਥੇ ਗਏ ਸੀ, ਆਖਾਂ ਸਾਡੀ ਕਣਕ ਨਾ ਵੱਢੋ ਤੇ ਜਿਹੜੀ ਰੋਲੇ ਵਾਲੀ ਆਪਣੀ ਕਣਕ ਨਾ ਵੱਢੋ, ਤੁਸੀਂ ਪਰੇ ਪਰੇ ਵੱਢ ਲਓ। ਫਿਰ ਉੱਥੋਂ ਨਾ ਪਹਿਲਾਂ ਪਾਸੇ ਖੜੇ ਰਹੇ, ਜਦੋਂ ਅਸੀਂ ਇੱਥੇ ਜਦੋਂ ਕਹਿਆ ਉਦੋਂ ਬਸ ਮੇਰੇ ਬੰਦੇ ਨੂੰ ਟਾਹ ਲਿਆ ਪਹਿਲੇ, ਫਿਰ ਸਾਡੇ ਮੇਰੀ ਕੁੜੀ ਨੂੰ ਉੱਥੇ ਹੀ ਕਾਪਿਆਂ ਨਾਲ ਵੱਢੀ ਗਏ। ਬਹੁਤ ਮੰਦੀ ਹਾਲਤ ਮੇਰੇ ਪਰਿਵਾਰ ਦੀ ਬਹੁਤ ਹੋਈ ਹੈ, ਤੇ ਜੱਸਾ ਕਿਹੜਾ ਸਾਰਾ ਕਾਰਵਾਈ ਉਹਦੀ ਹੈਗੀ ਹੈ, ਸਾਡੀ ਪੈਲੀ ਤੀ ਪਹਿਲਾਂ ਸਾਡੇ ਬੰਦੇ ਤੂੰ ਲਈ ਸੀ ਬਿਆਨਾ ਕਰਾ ਕੇ, ਤੇ ਪੈਸਾ ਕੋਈ ਨੀ ਸਾਡੇ ਬਣੇ ਆਇਆ, ਉਹ ਸਾਰੀ ਗੱਲ ਹੋਈ ਹੈ। ਹਾਂਜੀ, ਪੈਸਾ ਕੋਈ ਨੀ ਸਾਡੇ ਬਣੇ ਆਇਆ, ਤੇ ਸਾਡੀ ਕਿਹੜੀ ਸੀ 18 ਕਿੱਲੇ ਪੈਲੀ ਸੀਗੀ, 18 ਤੋਂ ਅਸੀਂ ਆਖਾਂ ਤੂੰ ਆਪਦੀ ਤੀਖ ਨਾਲ ਮਨਾ ਕੇ ਸਾਡੀ ਆਪਦੀ ਮਿਣ ਲਓ ਤੇ ਬਾਕੀ ਸਾਡੀ ਦੇ ਦਿਓ, ਕਹਿੰਦਾ ਵੀ ਮੈਂ ਸਾਰੀ ਤੇ ਕਬਜ਼ਾ ਕਰਨਾ। ਪੁਲਿਸ ਵੀ ਸਾਰੀ ਉਸੇ ਦੀ ਸੁਣਾਈ ਕਰਦੀ, ਸਾਡਾ ਕੋਈ ਨੀ ਵੀ ਜਿੰਨਾ ਹੀ ਕੋਈ ਹੈਗਾ ਨਾ, ਨਾ ਚੌਂਕੀ ਵਾਲਾ ਸੁਣਾਈ ਕੀਤੀ ਨਾ ਥਾਣੇ ਵਾਲੇ, ਉਹਨਾਂ ਨੇ ਸਾਡੀ ਕੋਈ ਨੀ ਸੁਣਾਈ, ਕੁੜੀਆਂ ਨੂੰ ਵੀ ਕੁੱਟਿਆ, ਮਾਇਦਾ ਨੂੰ ਵੀ, ਸੋਹਰੇ ਮੇਰੇ ਨੂੰ, ਸੱਸ ਮੇਰੀ ਨੂੰ ਕੁੱਟਿਆ, ਮੈਂ ਇਹਨਾਂ ਦੀ ਘਰੋਂ ਰੋਟੀ ਲੈ ਗਿਆ, ਉਹ ਟਿੱਬੇ ਦੇ ਮੋਟਰਸਾਈਕਲ ਕੀਤਾ, ਮੈਂ ਰੋਟੀ ਲੈ ਗਿਆ, ਮੈਨੂੰ ਵੀ ਕੁੱਟਿਆ ਉਹਨਾਂ ਨੇ, ਆਹ ਸੱਟਾਂ ਮਾਰੀਆਂ, ਮੇਰਾ ਮੋਟਰਸਾਈਕਲ ਖੂਹ ਵੀ ਲੈ ਗਏ ਨੇ, ਦੇਸੂ ਦਾ ਮੁੰਡਾ ਤੇ ਇੱਕ ਉਹਦੇ ਨਾਲ ਦੇਸੂ ਦੇ ਮੁੰਡੇ ਨਾਲ ਹੋਰ ਆ, ਉਹ ਦੋਨੇ ਨੇ ਇੱਥੇ ਲੌਕ ਤੋੜ ਕੇ ਮੋਟਰਸਾਈਕਲ ਦਾ, ਤੇ ਉਹਨੂੰ ਮੈਨੂੰ ਕੁੱਟਣ ਲੱਗ ਪਏ, ਦਾ ਪਾ ਰਹੇ ਨੇ, ਆਹ ਮੇਰੇ ਸੱਟ ਮਾਰੀ, ਮੇਰਾ ਬਾਂਹ ਦੀ ਲੱਗੀ ਏ, ਇੱਥੇ ਲੱਤ ਦੇ ਆ, ਤੇ ਇੱਧਰ ਵੀ ਆਹ ਨੀਲ ਪਿਆ ਖੜਾ, ਤੇ ਇੱਧਰ ਮੇਰੇ ਪਹਿਲਾਂ ਵੀ ਆ ਵੀ ਇੱਥੇ ਕੱਟ ਲੱਗਾ, ਸੱਟ ਲੱਗਾ ਸੀ ਮੇਰੇ ਸਿਲੰਡਰ, ਇੱਥੇ ਵੀ ਮੇਰੇ ਮਾਰੀਆਂ ਨੇ, ਤੇ ਮੋਟਰਸਾਈਕਲ ਚੱਕ ਕੇ ਮੱਕੀ ਦੇ ਵਿੱਚ ਸਿੱਧਾ ਲੈ ਗਏ ਨੇ, ਕਹਿੰਦਾ ਤੂੰ ਉੱਥੇ ਕੀ ਲੈਣਾ, ਮੈਂ ਕਿਹਾ ਸਹੁਰੇ ਨੇ ਮੇਰੇ, ਕਿ ਮੈਂ ਤੈਨੂੰ ਰੋਕੀ ਲੈ ਗਿਆ, ਕਹਿੰਦਾ ਜੇ ਇਹਨਾਂ ਮਗਰ ਆਇਆ ਤੈਨੂੰ ਵੱਢ ਦੇਵਾਂਗੇ, ਤੇ ਸਾਨੂੰ ਫਿਰ ਕੁੱਟ ਡਾਂਗਾ ਨਾਲ ਜ਼ਿਆਦਾ ਕੁੱਟਣਾ, ਫਿਰ ਅਸੀਂ ਪਰ ਉਹਨੂੰ ਭੱਜ ਗਏ, ਉਹ ਮੋਟਰਸਾਈਕਲ ਲੈ ਕੇ ਇੱਧਰੋਂ ਭੱਜ ਗਏ ਨੇ, ਕਣਕ ਉੱਧਰੋਂ ਪਹਿਲਾਂ ਵੱਢ ਲਈ ਨੀ, ਮੁੜ ਕੇ ਆਪ ਇੱਧਰੋਂ ਅੱਗ ਲਾ ਦਿੱਤੀ ਉਹਨਾਂ ਨੇ, ਇੱਧਰੋਂ ਅੱਗ ਲਾ ਕੇ ਤੈਨੂੰ, ਕਹਿੰਦੇ ਤੁਸੀਂ ਕਹੋ ਵੀ ਅਸੀਂ ਲਾਈਏ, ਇਹਨਾਂ ਬੁੜੀਆਂ ਨੂੰ ਸਾਰਿਆਂ ਨੂੰ ਕੁੱਟ ਕੇ ਕਹਿੰਦੇ ਤੁਸੀਂ ਅੱਗ ਕਹੋ ਤੁਸੀਂ ਲਾਏ ਨੀ ਲਾਈਏ, ਆਹ ਸਮਾਨ ਦੇਖੋ ਸਾਰਾ ਸਮਾਨ ਇੱਧਰ ਖਿਲਾਰ ਗਏ ਨੇ, ਕੁੱਟ ਕੁੱਟ ਕੇ ਇਹਨਾਂ ਨੂੰ, ਤੇ ਏਦਾਂ ਹੋਈ ਸਾਡੇ ਨਾਲ ਇੱਥੇ, ਇਹਨਾਂ ਦੇ ਮਗਰ ਕੋਈ ਨੀ ਹੈਗੇ, ਮੁਲਾਜ਼ਮ ਵੀ ਇੱਕ ਮੁੰਡੇ ਕੋਲ ਪਿਸਤੌਲ ਸੀ, ਦੇਸੂ ਦੇ ਮੁੰਡੇ ਨਾਲ ਸੀ, ਉੱਥੇ ਪਿਸਤੌਲ ਕੱਢਿਆ ਉਹਨੇ, ਕੱਢ ਕੇ ਰੱਬ ਨੂੰ ਕੋਈ ਡਿੱਗਾ, ਜਦੋਂ ਅਸੀਂ ਦੇਖਿਆ ਮੁੜ ਕੇ ਚੱਕ ਕੇ ਭੱਜ ਵਗਾ ਮੁੰਡਾ ਪਿਸਤੌਲ ਵੀ, ਏਦਾਂ ਏਦਾਂ ਹੋਈ ਸਾਡੇ ਨਾਲ, ਅਸੀਂ ਤਾਂ ਮੁੜ ਕੇ ਭੱਜ ਗਏ, ਮੁੜ ਕੇ ਇਹਨਾਂ ਤਿੰਨਾਂ ਚੌਂ ਜੀਆਂ ਨੂੰ ਉੱਥੇ ਫੜ ਕੇ ਭਾਪੇ ਨੂੰ ਵੀ ਕੁੱਟਿਆ ਇਹਨਾਂ ਨੇ,
ਭਾਪੇ ਨੂੰ ਇੱਥੇ ਘੇਰ ਕੇ ਰੱਖੇ ਇਹਨੂੰ ਉੱਥੇ ਇੰਨਾ ਚਾਲੂ ਕਰਦਾ ਕੁੱਟ ਕੁੱਟ ਕੇ ਮੁੜ ਕੇ ਇਹ ਵੀ ਡਰਦਾ ਉੱਥੇ ਜਾ ਕੇ ਲੁਕ ਗਿਆ ਪਿੱਪਲਾਂ ਵਿੱਚ ਹਾਂਜੀ ਕਮਲ ਦੇ ਸੂਹੇ ਦਾ ਮੁੰਡਾ ਉੱਤੇ ਲਪਾੜੀ ਰੱਖੇ ਨੇ ਕੁੱਟ ਗਿਆ ਰੱਸਾ ਇੱਥੇ ਪਿਆ ਆ ਰੱਸੇ ਨਾਲ ਦੇਸੂ ਦੇ ਮੁੰਡੇ ਨੇ ਤੇ ਉਹਨਾਂ ਦੀਆਂ ਜਨਾਨੀਆਂ ਨੇ ਬੰਨੀ ਰੱਖਿਆ ਫਿਰ ਰੱਸਾ ਪਿਆ ਇੱਕ ਇੱਕ ਘਰ ਮੇਰੀ ਸਾਲੀ ਏ ਇਹਦੀ ਨੂੰਹ ਏ ਉਹਨੂੰ ਆਹ ਕੁੜੀ ਨੂੰ ਤੇ ਦੋ ਭੈਣਾਂ ਨੂੰ ਉੱਥੇ ਬੰਨੀ ਰੱਖਿਆ ਨੇ ਘੰਟੇ ਘੰਟੇ ਬਾਅਦ ਆਏ ਨੇ ਜਦੋਂ ਮੁਲਾਜ਼ਮ ਸਾਹਮਣੇ ਆਏ ਨੇ ਉਦੋਂ ਸਾਰੇ ਮੁੰਡੇ ਨੂੰ ਭੱਜ ਗਏ ਨੇ ਮੁਲਾਜ਼ਮਾਂ ਨੇ ਫੜਿਆ ਨੀ ਉਹਨਾਂ ਨੂੰ ਨਾਲ ਦੱਸੀ ਜਾਵੇ ਹਥਿਆਰ ਹੈਗਾ ਇਹਨਾਂ ਕੋਲ ਫੜਿਆ ਮੁਲਾਜ਼ਮ ਇੱਥੇ ਆਣ ਕੇ ਵੀ ਮੁਲਾਜ਼ਮ ਮੈਨੂੰ ਧੱਕੇ ਸਾਨੂੰ ਧੱਕੇ ਮਾਰ ਰਹੇ ਨੇ ਸਾਰਾ ਸਮਾਨ ਇੱਧਰ ਨੂੰ ਆ ਸਾਰਾ ਦੇਖੋ ਥੱਲੇ ਵੀ ਥੱਲੇ ਸਮਾਨ ਦੇਖੋ ਸਾਰੇ ਮੰਜੇ ਇੱਧਰ ਨੂੰ ਖਲਾਰਾ ਪਾ ਕੇ ਦੇਖੋ ਸਾਰਾ ਇੱਧਰ ਨੂੰ ਕਰਕੇ ਗਏ ਨੇ ਆ ਮੰਜੇ ਵੇਖ ਲੈ ਸਾਰੇ ਸਿੱਟੇ ਪਏ ਤੁਸੀਂ ਨੀ ਕਣਕ ਵੱਢ ਸਕਦੇ ਨਾ ਅਸੀਂ ਵੱਢ ਸਕਦੇ ਤੁਸੀਂ ਬਿਨਾ ਵੱਢੇ ਨਾ ਅਸੀਂ ਰੋਕਿਆ ਅਸੀਂ ਵੀ ਨੀ ਵੱਢੀ ਨਹੀਂ ਤਾਂ ਅਸੀਂ ਵੱਢ ਨਾ ਲਈ ਪਹਿਲਾਂ ਇਹ ਤਾਂ ਜ਼ਮੀਨ ਅਸੀਂ ਬੰਦੇ ਇਕੱਠੇ ਕਰ ਸਕਦੇ ਜੀ ਵੈਸੇ ਰੋਟੀ ਲੈ ਕੇ ਉੱਥੋਂ ਘਰੋਂ ਲੈ ਕੇ ਆ ਰਹੇ ਆ ਹਾਂਜੀ ਇਹਨਾਂ ਅੱਗ ਲਾ ਤੀ ਤੁਸੀਂ ਲਾਈ ਨੀ ਮਸ਼ੀਨਾਂ ਲੈ ਕੇ ਲੈਣੇ ਸਾਰਾ ਕੁਝ ਲੈ ਕੇ ਆਏ ਨੇ 11 ਵਜੇ ਨਾਲ ਸੰਤ ਬੰਦ ਦਿੱਤਾ ਨਾ ਆ ਹੁਣ ਛੱਡਿਆ ਨੇ ਕੀ ਮਾ ਕਰਦੇ ਪ੍ਰਸ਼ਾਸਨ ਕੋਲੋਂ ਸਰਕਾਰ ਕੋਲੋਂ ਸਾਡਾ ਤਾਂ ਨਿਆਂ ਮਿਲਣਾ ਚਾਹੀਦਾ ਬਈ ਸਾਡਾ ਜੋ ਵੀ ਹੈਗਾ ਸਾਡਾ ਮਿਲ ਜਾਵੇ ਹਾਂਜੀ ਆ ਵੀ ਲੱਗੀਆਂ ਵੇਖੋ ਦਾਖਲਾ 3 ਜੀ ਆ ਮੇਰਾ ਮੋਢਾ ਨਿਕਲ ਗਿਆ ਆ ਬਾਹਰ ਲੱਗਦੀ ਨੇ ਮਾਰ ਛੋਟੀ ਮਾਰੀ ਨੇ ਅੱਖੂ ਆ ਗਿਆ ਬਾਹਰ ਨਿਕਲੀ ਪਈ ਇਹਦੇ ਵਿੱਚੋਂ ਆ ਬਾਹਰ ਨਿਕਲ ਗਈ ਇਹ ਤਾਂ ਸੌੜੀ ਏ ਥੋੜੀ ਆ ਮੋਢਾ ਕਣਕ ਬੀਜਣ ਮੇਰੇ ਕੋਲ ਖੋ ਲੈ ਕੇ ਮੋਬਾਈਲ ਉਹਨੇ ਮੇਰੀ ਮੋਬਾਈਲ ਹੌਲੀ ਫੜ ਲਈ ਸਰਕਾਰ ਨਿਆਂ ਚ ਚੱਲਦੀ ਏ ਜੇ ਕਿਸੇ ਨੇ ਸਰਕਾਰ ਮੁਲਾਜ਼ਮ ਚੱਲ ਗਏ ਦੋ ਮਿੰਟ ਪਹਿਲਾਂ ਫੋਨ ਪੁਲਿਸ ਨੂੰ ਕਰ ਦੇਣਾ ਪੁਲਿਸ ਆਈ ਉਹ ਵੇਲੇ ਜਦੋਂ ਕਣਕ ਵੱਢੀ ਮੌਕਾ ਵਿਖਾ ਨਹੀਂ ਵੇਖਾ ਮੌਕਾ ਸਾਡੀ ਕਣਕ ਆਪ ਅੱਗ ਲਾ ਲਵੋਗੇ ਸਾਡੇ ਸਮਾਨ ਪੈਣੇ ਆਪ ਸਾੜ ਲਵੋਗੇ ਅੱਗ ਲਾਉਣੀ ਸਾਨੇ ਨਾ ਸਾੜ ਲੈਂਦੇ ਸੀ ਉਹਨਾਂ ਪਹਿਲਾਂ ਉਧਰੋਂ ਕਣਕ ਵੱਢੀ ਮੁੜ ਕੇ ਸਾਰੇ ਜੁੜ ਕੇ ਇਧਰੋਂ ਅੱਗ ਲਾਈ ਕੁੱਟ ਕੇ ਸਾਡੀਆਂ ਬੁੜੀਆਂ ਬੰਨ ਕੇ ਕਹਿੰਦੇ ਨੇ ਤੁਸੀਂ ਕਹੋਗੇ ਸਾਹਮਣੇ ਸਾਡੇ ਕਾਰਿਆਂ ਨੇ ਸਾਡੇ ਖੇਤ ਤੇ ਬੈਠੇ ਸਾਡਾ ਪਾਣੀ ਦਾ ਕਬਜ਼ਾ ਛੱਡੋ।